ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁੱਗੇ ਦੇ ਬਾਰੇ ਜਾਣਨ ਤੋਂ ਬਾਅਦ ਚਾਹੋ ਆਪਾਂ ਸੁਲਤਾਨੀਆ ਪੀਰ, ਜਿਹਨੂੰ ਲਾਲਾਂ ਵਾਲਾ, ਧੌਂਕਲ ਵਾਲਾ, ਨਗਾਹੇ ਵਾਲਾ, ਲੱਖਾਂ ਦਾ ਦਾਤਾ, ਰੋਹੀ ਵਾਲਾ, ਪਤਾ ਨਹੀਂ ਕਿੰਨੇ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ, ਉਹਦੇ ਬਾਰੇ ਜਾਣਨ ਦਾ ਯਤਨ ਕਰੀਏ। ਮੁਲਤਾਨ ਲੱਗੇ ਦਰਿਆ ਤੋਂ ਪਾਰ ਇੱਕ ਧੌਂਕਲ ਪਿੰਡ ਹੈ, ਜਿੱਥੇ ਇਸ ਪੀਰ ਦਾ ਜਨਮ ਹੋਇਆ। ਵੱਡਾ ਹੋਇਆ ਤਾਂ ਇਲਾਕੇ ਦੇ ਮੁੰਡਿਆਂ ਨੇ ਰਿਵਾਜ਼ ਅਨੁਸਾਰ ਡੰਗਰ ਚਾਰਨ ਇਲਾਕੇ ਦੇ ਮੁੰਡਿਆਂ ਦੇ ਨਾਲ ਰਿਵਾਜ਼ ਅਨੁਸਾਰ ਡੰਗਰ ਚਾਰਨ ਲੱਗ ਪਿਆ। ਉਸ ਵੇਲੇ ਪਸ਼ੂ ਹੀ ਧਨ ਹੁੰਦੇ ਸਨ, ਜਿਨ੍ਹਾਂ ਦੀ ਰਾਖੀ ਅਤੇ ਸੁਰਤ ਸੰਭਾਲ ਕਰਨੀ ਵੱਡਾ ਉਦਯੋਗੀ ਧੰਦਾ ਹੁੰਦਾ ਸੀ। ਜੰਗਲ ਵਾਰ ਦਾ ਇਲਾਕਾ ਸੀ, ਪਸ਼ੂ ਚਰਦੇ ਦੇਖ ਕੇ ਇੱਕ ਸ਼ੇਰ ਆ ਗਿਆ। ਡੰਗਰ ਚਾਰਨ ਵਾਲੇ ਲਈ ਇਹ ਕਿਆਮਤ ਸੀ। ਉਸਨੇ ਹੌਂਸਲਾ ਕੀਤਾ ਅਤੇ ਸ਼ੇਰ ਉੱਤੇ ਹਮਲਾਵਰ ਹੋ ਕੇ ਉਸਨੂੰ ਮਾਰ ਦਿੱਤਾ। ਇਸ ਗੱਲੋਂ ਡੰਗਰਾਂ ਦੇ ਇਸ ਪਾਲੀ ਦੀ ਮਸ਼ਹੂਰੀ ਹੋ ਗਈ। ਲੋਕ ਉਸਨੂੰ ਬਲੀ ਪੀਰ ਸਮਝ ਕੇ ਮੰਨਣ ਲੱਗ ਪਏ। ਮਰਨ ਪਿੱਛੋਂ ਮੰਨਣ ਵਾਲਿਆਂ ਫਿਰ ਇਸ ਦੀ ਪੂਜਾ ਆਰੰਭ ਦਿੱਤੀ। ਪੀਰ ਸਮਝ ਕੇ ਉਸਦੀ ਦਰਗਾਹ ਬਣਾਈ ਗਈ। ਇਸ ਪੀਰ ਨੂੰ ਮੰਨਣ ਵਾਲਿਆਂ ਵਿੱਚ ਇੱਕ ਦਾਨੀ ਜੱਟੀ ਸੀ। ਕਹਿੰਦੇ ਉਸਨੇ ਬੜੇ ਪੀਰ ਫਕੀਰ ਮਨਾਏ ਸੀ, ਪਰ ਪੁੱਤਰ ਨਾ ਜੰਮਿਆ। ਅਖੇ ਜਦੋਂ ਸਰਵਰ ਦੀ ਮੰਨਤ ਮੰਨੀ ਕਰਨਾ ਰੱਬ ਦਾ, ਇਹ ਹੋਇਆ ਕਿ ਉਸਦੀ ਗੋਧਰੀ ਹੋ ਗਈ ਅਤੇ ਬਾਂਝ ਤੀਵੀ ਨੂੰ ਪੁੱਤਰ ਪੈਦਾ ਹੋ ਗਿਆ। ਸਾਰੇ ਪੱਲੂ ਫੇਰ ਦਿੱਤਾ, ਇਹ ਪੁੱਤਰ ਮੈਨੂੰ ਸਰਵਰ ਨੇ ਬਖਸ਼ਿਆ। ਸਰਵਰ ਨੂੰ ਇਸ ਤਰ੍ਹਾਂ ਦੀਆਂ ਦਾਤਾਂ ਦੇਣ ਵਾਲਾ ਮੰਨ ਕੇ ਸਖੀ ਮੰਨ ਲਿਆ ਗਿਆ, ਕਿਉਂਕਿ ਦਾਤ ਪੁੱਤਰ ਦੀ ਬਖਸ਼ੀ ਸੀ। ਪੁੱਤਰਾਂ ਨੂੰ ਸਾਡੀ ਬੋਲਚਾਲ ਵਿੱਚ ਲਾਲ ਵੀ ਕਹਿੰਦੇ ਨੇ। ਸਖੀ ਸਰਵਰ ਹੁਣ ਤੱਕ ਪੁੱਤਰ ਦੇਣ ਵਾਲੇ ਭੰਡਾਚਾਰੀ ਬਣ ਗਏ। ਅਤੇ ਇੱਕ ਗੱਲ ਹੋਰ, ਇੱਕ ਹੋਰ ਨਾਮ ਮਸ਼ਹੂਰ ਹੋ ਗਿਆ ਲਾਲਾਂ ਵਾਲਾ ਕਰਕੇ, ਕਿ ਲਾਲਾਂ ਵਾਲਾ ਪੀਰ। ਸਖੀ ਸਰਵਰ, ਲਾਲਾਂ ਵਾਲਾ ਆਦਿ ਉਪਾਧੀਆਂ ਪੀਰ ਦੇ ਨਾਂ ਨਾਲ ਜੁੜ ਗਈਆਂ ਅਤੇ ਮੰਨਣ ਵਾਲਿਆਂ ਦੀ ਗਿਣਤੀ ਹੋਰ ਵੱਧ ਗਈ। ਜਿਸ ਕਿਸੇ ਦੇ ਬੱਚੇ ਨੂੰ ਕੋਈ ਤਕਲੀਫ ਹੋਵੇ, ਡੰਗਰ ਵੱਛਾ ਗਵਾ ਜਾਵੇ, ਚੋਰੀ ਕਰਨ ਵਾਲੇ ਨੂੰ ਫੜੇ ਜਾਣ ਦਾ ਡਰ ਹੋਵੇ, ਉਹਨਾਂ ਆਪਣੇ ਮਨ ਨੂੰ ਢਾਰਸ ਦੇਣ ਲਈ ਪੀਰ ਦੀ ਸੁਖਣਾ ਸੁੱਖ ਲੈਣੀ। ਜਿਸ ਦੀ ਗੱਲ ਠੀਕ ਬੈਠ ਜਾਣੀ, ਉਸਨੇ ਤਾਂ ਪੀਰ ਦੀ ਮੰਨਤ ਚੜ੍ਹਾਉਣੀ ਹੁੰਦੀ ਸੀ, ਨਾਲ ਉਸਦੇ ਗੁਣ ਗਾਉਣੇ ਅਤੇ ਸ਼ਕਤੀ ਦੀ ਸੋਭਾ ਕਰਨੀ ਵੀ ਜ਼ਰੂਰੀ ਸੀ। ਇਸ ਰਚਨਾਤਮਕ ਪ੍ਰੋਗਰਾਮ ਦੀ ਪੂਰਤੀ ਲਈ ਅਨੇਕਾਂ ਗੀਤ ਰਚੇ ਗਏ, ਪੌੜੀਆਂ ਅਤੇ ਵਾਰਾਂ ਦੀ ਰਚਨਾ ਹੋਣ ਲੱਗ ਪਈ। ਗਾਉਣ ਵਾਲੇ ਭਰਾਈਆਂ ਲਈ, ਜੋ ਪਿੰਡਾਂ ਵਿੱਚ ਘਰ ਘਰ ਜਾ ਕੇ ਕਿਸੇ ਵਲੀ ਪੀਰ ਦੇ ਕਾਰਨਾਮੇ ਸੁਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ, ਇੱਕ ਲੋਕਪ੍ਰਿਯ ਨਵੀਂ ਕਿਸਮ ਦਾ ਪੀਰ ਲੱਭ ਗਿਆ, ਜਿਹੜੇ ਗਾਉਣ ਵਾਲੇ ਹੀ। ਰਾਂਝੇ ਹੀਰ ਸੋਹਣੀ ਮਹੀਂਵਾਲ ਦੇ ਕਿੱਸਿਆਂ ਅਤੇ ਗੀਤਾਂ ਨਾਲੋਂ ਇਸ ਦੇ ਗੀਤਾਂ ਵਿੱਚ ਜਿੱਥੇ ਇਸ਼ਕ ਮੁਸ਼ਕ ਦੀ ਕੋਈ ਗੱਲ ਨਹੀਂ ਸੀ, ਇਸ ਕਾਰਨ ਸਾਊਆਂ ਦੇ ਪਰਿਆਂ ਵਿੱਚ ਵੀ ਪਸੰਦ ਆਇਆ, ਕਿਉਂਕਿ ਸਾਊ ਵੀ ਇਹਨੂੰ ਪਸੰਦ ਕਰਨ ਲੱਗ ਪਏ। ਵਾਧੇ ਦੀ ਗੱਲ ਇਹ ਕਿ ਹੋਰਨਾਂ ਦੇ ਕਿੱਸੇ ਕੇਵਲ ਉਹਨਾਂ ਦੀ ਉਪਾਸ਼ਨਾ ਅਤੇ ਬਹਾਦਰੀ ਦਾ ਚਾਅ, ਉਤਸ਼ਾਹ ਅਤੇ ਜੋਸ਼ ਭਰਨ ਵਾਲੇ ਸਨ। ਸਰਵਰ ਦੀ ਸੋਭਾ ਮੁਰਾਦਾਂ ਪੂਰੀਆਂ ਕਰਨ ਵਾਲਾ ਹੋਣ ਕਾਰਨ ਨਿਰਾਲੀ ਸੀ, ਲੋਕਾਂ ਨੂੰ ਇਹ ਨਿਰਾਲੀ ਲੱਗੀ। ਇਸ ਦੀ ਸੋਭਾ ਉੱਤੇ ਸਮਾਂ ਖਰਚਣ ਵਾਲਿਆਂ ਨੂੰ ਅੱਗਿਓਂ ਕੁਝ ਮਿਲਣ ਦਾ ਭਰੋਸਾ ਵੀ ਦਿੱਤਾ ਜਾਂਦਾ ਸੀ। ਉਹਨਾਂ ਵਿੱਚ ਸਭ ਤੋਂ ਪਿਆਰੀ ਚੀਜ਼ ਪੁੱਤਰਾਂ ਦੀ ਦਾਤ ਤਾਂ ਖੁੱਲ੍ਹੇ ਦਿਲ ਨਾਲ ਬਖਸ਼ਣ ਵਾਲਾ ਲਾਲਾਂ ਵਾਲਾ ਪੀਰ ਮੰਨਿਆ ਗਿਆ। ਡੰਗਰ ਵੱਛੇ ਦੇ ਬੰਨ ਪੈਣ ਦੀ ਬਿਮਾਰੀ ਦੇ ਛੁਟਕਾਰੇ ਅਤੇ ਅੱਗੇ ਲਈ ਪਰਿਵਾਰਕ ਸੁੱਖਾਂ ਦੀ ਗਰੰਟੀ ਲਈ ਹੋਰ ਸੰਗੀ ਸਾਥੀ ਰਲ ਕੇ ਵੀ ਇਸ ਦੀ ਕਬਰ ਦੀ ਪੂਜਾ ਜਾਂ ਹੱਜ ਕਰਨ ਲਈ ਆਉਣ ਜਾਣ ਲੱਗ ਪਏ। ਗਾਉਣ ਵਾਲੇ ਭਰਾਈਆਂ ਦਾ ਧੰਦਾ ਚੱਲ ਪਿਆ, ਕੰਨੋ ਕੰਨੀ ਉਹਨਾਂ ਨੇ ਦੂਰ ਨੇੜੇ ਇਸ ਨਵੀਂ ਲਭਤ ਦੀਆਂ ਕਨਸੋਆਂ ਪਹੁੰਚਾ ਦਿੱਤੀਆਂ ਅਤੇ ਪੀਰ ਜੀ ਦੇ ਗੁਣ ਖੰਭਾਂ ਤੋਂ ਡਾਰਾਂ ਬਣਾ ਕੇ ਅਜਿਹੇ ਢੰਗ ਨਾਲ ਉਡਾਉਣੇ ਸ਼ੁਰੂ ਕੀਤੇ ਕਿ ਪੰਜਾਬ ਦੇ ਪਿੰਡ ਪਿੰਡ ਵਿੱਚ ਸ਼ਰਧਾਲੂ ਪੈਦਾ ਹੋ ਗਏ।
ਸ਼ਰਧਾਲੂਆਂ ਦੀਆਂ ਮੰਨੀਆਂ ਮੰਨਤਾਂ ਪੂਰੀਆਂ ਕਰਾਉਣ ਦੀ ਜਾਮਨੀ ਦੇਣ ਅਤੇ ਪਿਛਲੀਆਂ ਪੂਰੀਆਂ ਹੋਈਆਂ ਸੁੱਖਣਾ ਦਾ ਸਿਰ ਤੋਂ ਕਰਜ਼ਾ ਲਾਉਣ ਲਈ ਲੋਕਾਂ ਨੂੰ ਪੀਰ ਦੀ ਕਬਰ ਉੱਤੇ ਲੈ ਕੇ ਜਾਣ ਦਾ ਧੰਦਾ ਆਰੰਭ ਕਰ ਦਿੱਤਾ ਗਿਆ। ਲੋਕਾਂ ਨੇ ਭਰਾਈਆਂ ਨੂੰ ਪਿੰਡਾਂ ਵਿੱਚ ਪੀਰ ਦੇ ਏਜੰਟ ਸਮਝ ਕੇ ਮੰਨਣਾ ਸ਼ੁਰੂ ਕਰ ਦਿੱਤਾ। ਉਹਨਾਂ ਰਾਹੀਂ ਬੱਚਿਆਂ ਅਤੇ ਡੰਗਰਾਂ ਦੀਆਂ ਬਿਮਾਰੀਆਂ ਉੱਤੇ ਝਾੜਾ ਫੂਕ ਕਰਾਉਣ ਦੇ ਅਤੇ ਹਥੌਲੇ ਆਰੰਭ ਜਿਹੜੇ ਕਰਨੇ ਹੱਥੌਲਾ ਜਿਹਨੂੰ ਕਹਿ ਦਿੰਦੇ ਆ ਉਹ ਵੀ ਇਹਨਾਂ ਭਰਾਈਆਂ ਨੇ ਆਪਣੇ ਜੁੰਮੇ ਲੈ ਲਿਆ। ਜਿਹੜੇ ਸਾਡੇ ਅੱਜ ਗ੍ਰੰਥੀ ਵੀ ਕਈ ਕਰੀ ਜਾਂਦੇ ਆ, ਨਿਆਣਾ ਰੋਂਦਾ ਹੋਵੇ ਤਾਂ ਕਹਿ ਦਿੰਦੇ ਹੱਥੌਲਾ ਕਰਾ ਲਿਓ, ਜੇ ਮੰਨ ਲਓ ਕੋਈ ਮੱਝ ਨਹੀਂ ਮਿਲਦੀ ਤਾਂ ਪੇੜਾ ਕਰਾ ਲਿਓ। ਇਹ ਅੱਜ ਗ੍ਰੰਥੀ ਵੀ ਸਾਡੇ ਕਰਦੇ ਆ ਕਈ ਤਰ੍ਹਾਂ ਦੇ। ਅਤੇ ਅੱਗੇ ਲਿਖਿਆ ਜੀ, ਉਹਨਾਂ ਉਹ ਪੜ੍ਹ ਕੇ ਅਤੇ ਇਹ ਤੁਰੋਂ ਉੱਧਰੋਂ ਮੰਤਰ ਪੜ੍ਹ ਕੇ ਇਸ ਕਾਰਜ ਵਿੱਚ ਛੋਟੇ ਪੀਰ ਪਿੰਡ ਵਿੱਚ ਹੀ ਲੱਭ ਪੈਣ ਲੱਗ ਪਏ। ਭਾਵ ਜਿਹੜੇ ਛੋਟੇ ਪੀਰ ਸੀ ਉਹ ਪਿੰਡਾਂ ਦੇ ਵਿੱਚ ਹੀ ਜਿਹੜੇ ਲੋਕਾਂ ਨੂੰ ਲੱਭਣੇ ਸ਼ੁਰੂ ਹੋ ਗਏ ਕਿ ਦੂਰ ਜਾਣ ਦੀ ਲੋੜ ਨਹੀਂ ਹੈ। ਪਿੰਡਾਂ ਦੀਆਂ ਸੰਗਤਾਂ ਦੇ ਭਰਾਈ ਇੱਕ ਤਰ੍ਹਾਂ ਦੇ ਆਗੂ ਧਾਰਮਿਕ ਜਥੇਦਾਰੀ ਬਣ ਗਏ। ਉਹਨਾਂ ਦੀ ਪਹੁੰਚ ਸਰਵ ਸਾਂਝੇ ਤੌਰ 'ਤੇ ਦੁੱਖਾਂ ਦੇ ਹਰਨ ਦੇ ਸਾਰੇ ਸੁੱਖਾਂ ਨਿਧਾਂ ਦੀ ਪ੍ਰਾਪਤੀ ਵਾਲੀ ਅਤੇ ਕਿਸੇ ਕਿਸਮ ਦੀ ਵੀ ਮਰਿਆਦਾ ਦੇ ਬੰਧਨਾਂ ਤੋਂ ਮੁਕਤ ਸੀ। ਭਾਵ ਲੋਕਾਂ ਨੂੰ ਕੋਈ ਡਰ ਨਹੀਂ ਸੀ ਕਿ ਮਰਿਆਦਾ ਭੰਗ ਹੋ ਜੂਗੀ। ਅੱਜ ਵੀ ਇਹਨਾਂ ਦੇ ਜਿਹੜੇ ਮਨੌਤ ਕਰਨ ਵਾਲੇ ਉਹਨਾਂ ਨੂੰ ਕੋਈ ਡਰ ਥੋੜ੍ਹੀ ਹੁੰਦਾ ਕਿ ਉੱਥੇ ਜਾ ਕੇ ਤੇਲ ਪੁੱਠੇ ਹੋ ਗਏ ਪਾਉਣਾ ਕਿ ਸਿੱਧੇ ਹੋ ਗਏ ਪਾਉਣਾ, ਜਿੱਦਾਂ ਵੀ ਦਿਲ ਕੀਤਾ ਉੱਦਾਂ ਪਾ ਦਿੱਤਾ। ਇਹ ਇਸ ਲਈ ਬਿਨਾਂ ਮਜ਼ਬੂਤ ਮਿਲਤ ਲੋਕ ਇਸ ਨਵੇਂ ਲੋਕ ਪੈਗੰਬਰ ਦੇ ਸ਼ਰਧਾਲੂ ਬਣ ਗਏ। ਭਾਵ ਇਸ ਤਰੀਕੇ ਦੇ ਨਾਲ ਲੋਕ ਇਹਦੇ ਸ਼ਰਧਾਲੂ ਬਣ ਗਏ। ਅੱਗੇ ਹੋਰ ਵੀ ਲੰਮਾ ਚੌੜਾ ਵਰਤਾਂ 'ਤੇ ਆਪਾਂ ਸ਼ੋਰਟ ਵਿੱਚ ਇਹਨੂੰ ਲੈਂਦੇ ਹਾਂ। ਗੁਰੂ ਅਰਜਨ ਦੇਵ ਜੀ ਦੇ ਕਈ ਪ੍ਰੇਮੀਆਂ ਨੂੰ ਇਸ ਪੀਰ ਦੀ ਯਾਤਰਾ 'ਤੇ ਜਾਂਦਿਆਂ ਆਉਂਦਿਆਂ ਹੀ ਦਰਸ਼ਨ ਹੋਏ ਸਨ, ਕਿਉਂਕਿ ਉਹਨਾਂ ਦਿਨਾਂ ਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਗੱਦੀ ਸੰਭਾਏ ਮਾਨ ਸਨ। ਉਹਨਾਂ ਵਿੱਚੋਂ ਹੈਗੇ ਆ ਜੀ ਭਾਈ ਭਗਤਾ ਜੀ, ਚੌਧਰੀ ਲੰਗਾਹ ਜੀ, ਭਾਈ ਕੇ ਫਫੜਿਆਂ ਵਾਲਾ, ਭਾਈ ਬਹਿਲੋ ਜੀ ਪ੍ਰਸਿੱਧ ਹਨ, ਭਾਈ ਮੰਝ ਜੀ ਵਰਗੇ ਅਨੇਕਾਂ ਪ੍ਰੇਮੀਆਂ ਨੂੰ ਗੁਰੂ ਜੀ ਨੇ ਗਿਆਨ ਬਖਸ਼ਿਆ ਤਾਂ ਉਹਨਾਂ ਦਾ ਇਸ ਪੀਰ ਤੋਂ ਛੁਟਕਾਰਾ ਹੋ ਗਿਆ। ਗੁਰੂ ਸਾਹਿਬਾਂ ਦੇ ਸਮੇਂ ਪਿੱਛੋਂ ਜਦ ਖਾਲਸਾ ਜੰਗਾਂ ਯੁੱਧਾਂ ਵਿੱਚ ਰੁੱਝ ਗਿਆ, ਜਥੇਬੰਦਕ ਸ਼ਕਤੀ ਪੰਜਾਬ ਦੇ ਪਿੰਡਾਂ ਵਿੱਚ ਪਿੰਡਾਂ ਦੀ ਥਾਂ ਲੜਾਕੇ ਦਸਤਿਆਂ ਤੱਕ ਸੀਮਿਤ ਹੋ ਗਈ, ਉਸ ਸਮੇਂ ਫਿਰ ਇਸ ਪੀਰ ਦੇ ਭਗਤਾਂ ਨੇ ਆਪਣਾ ਪ੍ਰਚਾਰ ਵਿੱਚ ਵਾਧਾ ਕਰ ਦਿੱਤਾ। ਸਿੰਘ ਸਭਾ ਲਹਿਰ ਦਾ ਇਹ ਵਿਸ਼ੇਸ਼ ਉਦਮ ਸੀ ਕਿ ਉਹ ਪੰਜਾਬ ਵਾਸੀਆਂ ਖਾਸ ਕਰਕੇ ਗੁਰਸਿੱਖਾਂ ਦੇ ਅੰਦਰ ਆਈਆਂ ਹੋਈਆਂ ਅਜਿਹੀਆਂ ਬਿਮਾਰੀਆਂ ਦੇ ਕੀਟਾਣੂਆਂ ਨੂੰ ਸਾਫ਼ ਕਰੇ, ਕਿਉਂਕਿ ਸਿੰਘ ਸਭਾ ਲਹਿਰ ਦਾ ਇੱਥੋਂ ਹੀ ਜਨਮ ਹੁੰਦਾ, ਜਿਹਦੇ ਬਾਨੀ ਗਿਆਨੀ ਦਿੱਤ ਸਿੰਘ ਜੀ, ਜਿਹਨਾਂ ਦੀ ਆਪਾਂ ਰਚਨਾ ਜਿਹੜੀ ਆ ਇਹ ਸ਼ੁਰੂਆਤ ਕਰਨ ਜਾ ਰਹੇ ਹਾਂ। ਭਾਈ ਦਿੱਤ ਸਿੰਘ ਜੀ ਸਿੰਘ ਸੱਜਣ ਤੋਂ ਪਹਿਲਾਂ ਸਿੱਖਾਂ ਵਿੱਚੋਂ ਹੀ ਇੱਕ ਵਧੇਰੇ ਹੀ ਅੱਗੇ ਲੰਘ ਚੁੱਕੀ ਸੁਧਾਰਕ ਲਹਿਰ ਗੁਲਾਬਦਾਸੀਆਂ ਵਿੱਚੋਂ ਹੀ ਆਏ ਸਨ। ਗੁਲਾਬਦਾਸੀ ਦੇਖਣ ਪੱਖ ਨੂੰ ਸਿੱਖ ਵਿਚਾਰਾਂ ਕਰਕੇ ਵਿਦਾਂਤੀਆਂ ਜਿਹੇ ਸਨ, ਤਰਕ ਸ਼ਾਸਤਰ ਅਤੇ ਆਚਾਰ ਵਿਹਾਰ ਵਿੱਚ ਖੁੱਲ੍ਹੇ ਖੁਲਾਸੇ ਜਿਹੇ ਹੁੰਦੇ ਸਨ। ਜਿਵੇਂ ਗਿਆਨੀ ਜੀ ਨੇ ਆਪਣੀ ਪੁਸਤਕ ਮੇਰਾ ਦਯਾਨੰਦ ਨਾਲ ਸੰਵਾਦ ਦੀ ਭੂਮਿਕਾ ਵਿੱਚ ਲਿਖਿਆ ਹੈ, ਉਹ ਬਚਪਨ ਵਿੱਚ ਹੀ ਪਿੰਡਾਂ ਵਿੱਚ ਸਾਧੂ ਦੇ ਰੂਪ ਵਿੱਚ ਅਜਿਹੇ ਪਖੰਡਾਂ ਦਾ ਖੰਡਨ ਲਈ ਵਿਚਰ ਕੇ ਪ੍ਰਚਾਰ ਕਰਦੇ ਸਨ। ਆਪ ਜੀ ਸਿੰਘ ਸੱਜ ਕੇ ਜਦੋਂ ਲਾਹੌਰ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਲੱਗੇ, ਨਾਲ ਹੀ ਖਾਲਸਾ ਅਖਬਾਰ ਵਿੱਚ ਐਡੀਟਰ ਬਣੇ ਤਾਂ ਸੁਧਾਰ ਦੀ ਲਹਿਰ ਭਾਂਬੜ ਬਣ ਕੇ ਮੱਚ ਉੱਠੀ। ਫਲਸਰੂਪ ਆਪ ਜੀ ਨੇ ਲਗਾਤਾਰ ਖਾਲਸਾ ਅਖਬਾਰ ਵਿੱਚ ਵਹਿਮਾਂ ਭਰਮਾਂ ਵਿਰੁੱਧ ਇੱਕ ਇੱਕ ਵਿਸ਼ਾ ਲੈ ਕੇ ਲਿਖਣਾ ਆਰੰਭਿਆ। ਹੋਰ ਮਤਾਂ ਮਤਾਂਤਰਾਂ ਦੀਆਂ ਕਚਾਈਆਂ ਪ੍ਰਗਟਾ ਕੇ ਕੁਫਰ ਅਤੇ ਦੰਭ ਦੇ ਪਰਦੇ ਪਾੜ ਕੇ ਗੁਰਮਤਿ ਸੱਚ ਪ੍ਰਕਾਸ਼ਵਾਨ ਕੀਤਾ। ਇਸ ਸੁਧਾਰ ਲੜੀ ਵਿੱਚੋਂ ਆਪ ਜੀ ਦੀਆਂ 2 ਦਰਜਨ ਦੇ ਕਰੀਬ ਕਿਤਾਬਾਂ ਜਿਹੜੀਆਂ ਉਹ ਮਿਲ ਜਾਂਦੀਆਂ ਨੇ, ਜਿਨ੍ਹਾਂ ਵਿੱਚ ਦੁਰਗਾ ਪ੍ਰਬੋਧ, ਆਰਤੀ ਪ੍ਰਬੋਧ, ਨਕਲੀ ਸਿੱਖ ਪ੍ਰਬੋਧ,
ਪੰਮਾ ਪ੍ਰਬੋਧ, ਮੀਰਾ ਮਨੌਤ, ਗੁੱਗਾ ਗਪੌੜਾ ਅਤੇ ਸੁਲਤਾਨ ਪਵਾੜਾ ਖਾਸ ਕਰਕੇ ਪ੍ਰਸਿੱਧ ਹਨ। ਭਾਈ ਸਾਹਿਬ ਜੀ ਨੇ ਅੰਧ ਵਿਸ਼ਵਾਸੀ ਲੋਕਾਂ ਨੂੰ ਪ੍ਰਬੋਧਨ ਲਈ ਸਵਾਲ ਜਵਾਬ ਦਾ ਬਹੁਤ ਵਧੀਆ ਢੰਗ ਜਿਹੜਾ ਤਰੀਕਾ ਉਹ ਅਪਣਾਇਆ ਹੈ। ਬਹੁਤ ਕੁਝ ਸਰਲ ਕਵਿਤਾ ਵਿੱਚ ਸ਼ਾਇਦ ਇਸ ਲਈ ਲਿਖਿਆ ਸੀ ਕਿ ਪੜ੍ਹਨ ਵਾਲਿਆਂ ਦੇ ਕੁਝ ਵਾਕ ਕੰਠਾਗਰ ਹੀ ਹੋ ਜਾਣ, ਭਾਵ ਯਾਦ ਹੋ ਜਾਣ। ਆਪ ਜੀ ਦੀ ਕਵਿਤਾ ਦਾ ਰੂਪ ਅੱਜ ਕੱਲ੍ਹ ਕੁਝ ਪੁਰਾਣਾ ਲੱਗਦਾ ਹੈ, ਪਰ ਹੈ ਬੜਾ ਸਰਲ ਅਤੇ ਰੌਚਕ। ਕਈ ਮਿਸਰੇ ਤਾਂ ਇੱਕ ਵਾਰ ਪੜ੍ਹਨ ਵਾਲੇ ਹੀ ਜ਼ਬਾਨ ਉੱਤੇ ਖਿਲਣ ਲੱਗ ਜਾਂਦੇ ਹਨ। ਮਿਸਾਲ ਦੇ ਤੌਰ ਉੱਤੇ ਸੁਲਤਾਨ ਪਵਾੜੇ ਦਾ ਦੋਹਾ ਹੀ ਲੈ ਲਓ, ਦਸਵੇਂ ਗੁਰੂ ਦੀ ਓਟ ਲੈ ਖੜਗ ਗਿਆਨ ਕੱਢ, ਇਸ ਮੀਏ ਸੁਲਤਾਨ ਦਾ ਫਸਤਾ ਦੇਵਾਂ ਵੱਢ। ਆਪਣੇ ਕਲਪੇ ਪਾਤਰਾਂ ਰਾਹੀਂ ਜਿਸ ਤਰ੍ਹਾਂ ਗਿਆਨ ਚਰਚਾ ਕਰਾ ਕੇ ਆਪ ਨੇ ਸਿੱਟੇ ਕੱਢ ਕੇ ਫੋਕੀਆਂ ਕਥਾ ਕਹਾਣੀਆਂ ਦਾ ਸੱਜਰਾ ਸਮਝਾ ਕੇ ਅਗਿਆਨ ਦੇ ਅੰਧੇਰੇ ਨੂੰ ਕੱਟਿਆ, ਇਹ ਕਮਾਲ ਫੀ ਜ਼ਮਾਨਾ ਆਪ ਜੀ ਨੂੰ ਹਾਸਲ ਸੀ। ਸੋ ਸਰਵਰ ਦੇ ਇੱਕ ਸ਼ੇਰ ਮਾਰਨ ਦੀ ਕਹਾਣੀ ਦੇ ਉੱਤਰ ਵਿੱਚ ਸ਼ੇਰ ਮਾਰਨ ਵਾਲੀਆਂ ਕਈ ਬਹਾਦਰੀਆਂ ਆਪ ਜੀ ਨੇ ਦੱਸ ਕੇ ਭੇਦ ਖੋਲਿਆ ਹੈ ਕਿ ਇਹ ਕੋਈ ਕਰਾਮਾਤ ਨਹੀਂ ਕਹੀ ਜਾ ਸਕਦੀ। ਬੰਦਿਆਂ ਵੱਲੋਂ ਸ਼ੇਰ ਮਾਰਨ ਦੇ ਅਜਿਹੇ ਕਾਰਨਾਮੇ ਅੱਜ ਕੱਲ੍ਹ ਵੀ ਅਸੀਂ ਸੁਣਦੇ ਪੜ੍ਹਦੇ ਹਾਂ। ਜਿੱਥੋਂ ਤੱਕ ਸੁੱਖਣਾ ਪੂਰੀਆਂ ਹੋਣ ਦੀ ਗੱਲ ਹੈ ਕਿ ਕਿਸ ਤਰ੍ਹਾਂ ਬਿਨਾਂ ਪੀਰ ਹੀ ਮਨੁੱਖਾਂ ਦੀ ਮਾਨਤਾ ਉਹਨਾਂ ਦੇ ਕਾਜ ਸਵਾਰਦੀ ਹੈ, ਭਾਵ ਕੋਈ ਪੀਰ ਨਹੀਂ ਵੀ ਮਨਾਉਂਦੇ ਉਹਨਾਂ ਦੀਆਂ ਮਨੌਤਾਂ ਪੂਰੀਆਂ ਹੁੰਦੀਆਂ ਨੇ। ਭਾਈ ਦਿਸ ਸਿੰਘ ਜੀ ਹੋਣਾ ਨੇ ਪ੍ਰਬਲ ਦਲੀਲ ਦਿੱਤੀ ਹੈ। ਉਹ ਕਹਿੰਦੇ ਨੇ ਕਿ ਦਾਨੀ ਜੱਟੀ ਕਰੀ ਸਪੁੱਤਰੀ, ਪੀਰ ਤੁਹਾਡੇ ਘਰ ਦੇ, ਅੱਜ ਕੱਲ੍ਹ ਜੋ ਸਰਵਰੀਏ ਹਨ ਕਿਤਨੇ ਔਂਤਰ ਮਰਦੇ। ਕਹਿੰਦੇ ਨੇ ਕਿੰਨੇ ਸਗੀ ਸਰਵਰੀ ਜਿਹੜੇ ਔਂਤਰੇ ਹੀ ਮਰ ਜਾਂਦੇ ਆ। ਅੱਗੇ ਉਹ ਕਹਿੰਦੇ ਨੇ ਕਿ ਇਹ ਜੋ ਕੁੱਤੀ ਸੂਈ ਕੱਲ੍ਹ ਬੈਠੀ ਹੈ ਤੇਰਾ ਘਰ ਮੱਲ, ਬੱਚੇ ਸੱਤ ਜੋ ਇਸ ਨਿਕਾਲੇ, ਕਦੋਂ ਗਈ ਸਰਵਰ ਦੇ ਪਾਲੇ। ਭਾਈ ਸਾਹਿਬ ਜੀ ਨੇ ਵੱਖੋ ਵੱਖਰੀਆਂ ਜਾਤੀਆਂ ਦੇ ਲੋਕਾਂ ਨੂੰ ਇੱਕ ਥਾਂ ਕਰਕੇ ਸਿੱਖਿਆ ਦਿੰਦਿਆਂ ਅੰਮ੍ਰਿਤ ਛਕ ਕੇ ਸਿੰਘ ਸੱਜਣ ਦੀ ਪ੍ਰੇਰਣਾ ਦਿੱਤੀ ਹੈ। ਇਸ ਵੇਲੇ ਇਹਨਾਂ ਪੁਸਤਕਾਂ ਦੇ ਵਾਚਨ ਦਾ ਇੱਕ ਪਹਿਲੂ ਇਹ ਵੀ ਹੈ, ਇਸ ਕਾਲ ਦੀਆਂ ਪੁਸਤਕਾਂ ਕਿਵੇਂ ਰਚੀਆਂ ਜਾਂਦੀਆਂ ਰਹੀਆਂ ਅਤੇ ਕਿਸ ਭਾਂਤ ਦੀ ਉਸ ਸਮੇਂ ਦੀ ਭਾਸ਼ਾ ਜਿਹੜੀ ਸੀ ਉਹ ਹੋਇਆ ਕਰਦੀ ਸੀ। ਇਸ ਕਰਕੇ ਇਹਨਾਂ ਪੁਸਤਕਾਂ ਨੂੰ ਦੁਬਾਰਾ ਜਿਹੜਾ ਵਾਚਨ ਦਾ ਇਹ ਮਨ ਬਣਾਇਆ ਹੈ ਜੀ। ਸੋ ਆਓ ਇਸ ਵਿਖਿਆਨ ਤੋਂ ਬਾਅਦ, ਸਰਵਰ ਪਵਾੜਾ ਇਹਦਾ ਵਿਖਿਆਨ ਤੋਂ ਬਾਅਦ ਹੁਣ ਗੁੱਗਾ ਗਪੌੜਾ ਦੀ ਛੰਦਾਬੰਦੀ ਜਿਹੜੀ ਹੈ ਉਹ ਸ਼ੁਰੂ ਹੋਣੀ ਹੈ। ਕਿਵੇਂ ਗੁੱਗੇ ਗਪੌੜੇ ਦੇ ਪਾਜ ਗਿਆਨੀ ਦੇਵ ਸਿੰਘ ਜੀ ਨੇ ਜਿਹੜੇ ਆ ਉਹ ਉਧੇੜੇ ਅਤੇ ਲੋਕਾਂ ਨੂੰ ਬੜੀਆਂ ਚੋਟਾਂ ਮਾਰ ਕੇ ਬੜੀਆਂ ਲਾਹਨਤਾਂ ਪਾ ਕੇ ਕਿਵੇਂ ਮੋੜਿਆ, ਇਸ ਤੋਂ ਅਗਲੇ ਪਾਰਟ ਵਿੱਚ ਉਹ ਪੇਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।